ਯਾਰ ਯੂਕੇ ਦੇ ਲੈਂਡਲੋਰਡਾਂ ਨੂੰ ਕੀ ਮਸਲਾ ਹੈ ਇਹ ਸਾਫ਼ ਦੱਸਾਂ ਨਾ ਇਹ ਚਾਹੁੰਦੇ ਨੇ ਰੈਂਟ ਦੇਈਓ ਤੇ ਬਾਹਰ ਗਲੀ ਚ ਮੰਜਾ ਡਾਲੋ ਤੇ ਤੁਹਾਨੂੰ ਤਰਪਾਲ ਬਾ ਦੇਣ ਤੇ 1500 ਪੌਂਡ ਜਾਂ 1000 ਪੌਂਡ ਮਹੀਨੇ ਦਾ ਦੇਈਓ ਅਸੀਂ ਹੁਣ ਦੋ ਮੁੰਡੇ ਰਹਿਨੇ ਆ ਤੇ ਕਹਿੰਦੇ ਤੀਸਰਾ ਵੀ ਰੱਖਣਾ ਹੈ ਨਾ ਤੁਸੀਂ ਕਿਰਾਇਆ ਉਹਨਾਂ ਹੀ ਦੇਣਾ ਹੈ ਲੇਕਿਨ ਜਿਹੜਾ ਤੀਸਰਾ ਰੱਖਣਾ ਹੈ ਨਾ ਉਹਦਾ ਵੀ ਰੈਂਟ ਮੈ ਹੀ ਖਾਣਾ ਇਹ ਮੇਰੇ ਨਾਲ ਹੀ ਇੰਜ ਹੁੰਦਾ ਹੈ ਕਿ ਹਰ ਬੰਦੇ ਨਾਲ ਹੀ ਇੰਜ ਮੈਨੂੰ ਮੇਰਾ ਲੈਂਡਲੋਰਡ ਕਹਿੰਦਾ ਦੱਬੇ ਪਹੁੰਚ ਆਇਆ ਕਰੋ ਤੇ ਸਵੇਰ ਨੂੰ ਜਾਂਦੇ ਦੱਬੇ ਪਹੁੰਚ ਆਇਆ ਕਰੋ ਅਸੀਂ ਚੋਰ ਆ ਭੈਣ ਜੀ ਕਿਚਨ ਚ ਜਾਣਾ ਤੇ ਅੱਧਾ ਘੰਟਾ ਵਤ ਨਹੀਂ ਟਾਈਮ ਲਾ ਲਾ ਹੀਟਿੰਗ ਦਾ ਬਿੱਲ ਹੁੰਦਾ ਹੈ ਹੈ ਗੱਲ ਕਰਨ ਵਾਲੀ ਵਾਸ਼ਰੂਮ ਤੇ ਜਾਣਾ ਤੇ ਅੱਧਾ ਘੰਟਾ ਉਹਦੇ ਚ ਇਨਾਣਾ ਉਹਦੇ ਚ ਸਭ ਕੁਝ ਕਰਨਾ ਹੈ ਯਾਲਾ ਚੁੱਕੇ ਨਾ ਲੈਨ ਲੋਡਾ ਨੂੰ ਅਸੀਂ ਅੱਗੇ ਹੀ ਤੇਰੇ ਆ ਇੱਕ ਦਿਨ ਤੇ ਹਾਦੀ ਹੋ ਗਈ ਮੇਰਾ ਯਾਰ ਤੇ ਮੈਂ ਅੰਦਰ ਲੰਮੇ ਪਏ ਆ ਤੇ ਇਹ ਦਵਾਜ਼ਾ ਖੜਕਾ ਕੇ ਕਹਿੰਦਾ ਕਮਰੇ ਚੋਂ ਬਾਹਰ ਨਾ ਆਏ ਜੇ ਮੇਰੇ ਮਹਿਮਾਨ ਥੱਲੇ ਪਏ ਹੁੰਦੇ ਹੈ ਛੋਕਰੀ ਸਾਨੂੰ ਕਹਿੰਦਾ ਗਾਰਡਨ ਵਾਲੇ ਪਾਸੇ ਜਾਣਾ ਹੀ ਕੋਈ ਨਹੀਂ ਤੇਲੀ ਵੀ ਹੁੰਜ ਬੈਨ ਆਸਤੇ ਸੀ ਆਪਣੇ ਆਸੇ ਬਣਾਇਆ ਤੁਹਾਡੇ ਆਸੇ ਨਹੀਂ ਬਣਾਇਆ ਤੁਸੀਂ ਕਮਰੇ ਚ ਬਾਂਦਰਾਂ ਡੱਕੇ ਰਵੋ ਯਾ ਅੱਲਾ ਫੇਰ ਚੁੱਕ ਇਹਨਾਂ ਨੇ ਲੈਂਡਲੋਰਡੋ ਬੱਚੋ ਪੁੱਤਰ ਹੁਣ ਮੇਰੀ ਬਾਦੋਆ ਵਾਜੀ ਰੁਕੋ ਜਰਾ ਸਬਰ ਕਰੋ ਲੈਂਡਲੋਰਡ ਤੇ ਜੋ ਹੈ ਹੈ ਨੇ ਇਹਨਾਂ ਦੀ ਬੁੱਢੀਆਂ ਨਹੀਂ ਮਾਨ ਇੱਕ ਦਿਨ ਮੈਂ ਕਪੜੇ ਮਸ਼ੀਨ 'ਚ ਪਾਣ ਗਿਆ ਤੇ ਕਹਿੰਦੀ ਤੂੰ ਕਿ ਤਿੰਨ ਚਾਰ ਸੂਟ ਲੈ ਕੇ ਆ ਗਿਆ ਪੂਰੇ ਮਹੀਨੇ ਦਾ ਗੱਠਾ ਲਾਇਆ ਕਰ ਵਿੱਚ ਤੁੰਨ ਕੇ ਪਾਇਆ ਕਰ ਬਿਜਲੀ ਦਾ ਬਿੱਲ ਲਾਉਂਦਾ ਯਾ ਅੱਲਾ ਇਹਨੂੰ ਵੀ ਝੁੱਕ ਸੁਣਾ ਲਈ